ਕਰੀਨਾ ਦੇ ਕਿਵੇਂ ਚਮਕਦੀਆਂ ਹੈ ਤੂੰ ਪਤਾ ਲੱਗਦਾ ਕੰਮ ਚੱਲ ਉੱਥੇ 5 ਸਾਲ ਦੇ 2 ਜਵਾਕ ਬਹਿ ਸਕਦੇ ਅਸੀਂ ਉੱਥੇ ਬੈਠੇ ਗੁੱਡ ਈਵਨਿੰਗ ਜੀ ਤੁਹਾਨੂੰ ਸਾਰਿਆਂ ਨੂੰ ਅਸੀਂ ਆ ਗਏ ਹਾਂ ਮਤਲਬ ਦੁਬਾਰਾ ਵਲੌਗ ਸਟਾਰਟ ਕਰਨ ਲੱਗੇ ਹਾਂ ਆਪਣਾ ਸਵੇਰ ਦਾ ਤੁਹਾਨੂੰ ਪਤਾ ਮਾਹੌਲ ਤੁਹਾਨੂੰ ਦਿਖਾਤਾ ਸੀ ਸਾਰਾ ਕੁਝ ਚੈੱਕ ਕਰਵਾਤਾ ਸੀਗਾ ਦੁਪਹਿਰ ਹੋ ਗਈ ਸੀ ਲੰਚ ਕੀਤਾ ਲੰਚ ਤੋਂ ਬਾਅਦ ਅਸੀਂ ਸੌਂਗੇ ਤੇ ਇਹ ਬੰਦਾ ਆ ਬੈਠਾ ਨੋ ਚੇਂਜ ਜੋ ਸਵੇਰੇ ਸੀ ਉਵੇਂ ਹੀ ਤੇ ਮੈਂ ਨਹਾਤਾ ਹੋਇਆ ਮੈਂ ਹੁਣੀ ਨਹਾ ਰਹੀ ਹੂੰ ਕਿ ਫਰੈਸ਼ ਹੋ ਕੇ ਬਾਹਰ ਆਇਆ ਪਲਾਨ ਹੈਗਾ ਬਾਹਰ ਜਾਣ ਦਾ ਮੈਂ ਬੀਅਰਡ ਥੋੜ੍ਹੀ ਕਰਾਉਣੀ ਹੈ ਤੇ ਪਿੱਛੇ ਜ਼ਾਕੀ ਗੇਮ ਖੇਡੀ ਗੇਮ ਕਾਫੀ ਕੁੱਟੀ ਵਧੀਆ ਤਰੀਕੇ ਨਾਲ ਸੋਹਣਾ ਮਤਲਬ ਮਾਹੌਲ ਇੰਜੋਏ ਕੀਤਾ ਹੁਣ ਆਪਾਂ ਹੈਗੇ ਹਾਂ ਵਿਹਲੇ ਸ਼ਾਮ ਨੂੰ ਨਹਾ ਕੇ ਧੋਤੇ ਹਾਂ ਪ੍ਰੋਗਰਾਮ ਬਣ ਸਕਦਾ ਬਾਹਰ ਜਾਣ ਦਾ ਕਿਉਂਕਿ ਹਲੇ ਸ਼ੋਪਿੰਗ ਨਹੀਂ ਉਹਦੀਆਂ ਇੱਕ ਦੋ ਆਈਟਮਾਂ ਰਹਿੰਦੀਆਂ ਆਪ ਉਹਦੀਆਂ ਸ਼ਾਇਦ ਉਹ ਲੈਣ ਜਾਈਏ ਕੱਲ ਇੱਕ ਇਹਨਾਂ ਨੇ ਜੁੱਤੀ ਲੈ ਕੇ ਆਉਂਦੀ ਸੀਗੀ ਪੇਅਰ ਸ਼ੂਜ਼ ਦਾ ਅਤੇ ਉਹ ਲਿਆਂਦਾ ਛੋਟਾ ਨੰਬਰ ਉਹ ਚਾਹੀਦਾ ਵੱਡਾ ਨੰਬਰ ਉਹ ਮੇ ਵੀ ਅਸੀਂ ਚੇਂਜ ਕਰਨ ਜਾਈਏ ਉਹਨੂੰ ਅਤੇ ਫਿਰ ਦੇਖਦੇ ਹਾਂ ਅਗਰ ਗਏ ਫਿਰ ਆਪਣਾ ਕੈਮਰਾ ਔਨ ਠੀਕ ਹੈ ਜੀ ਨਹੀਂ ਤਾਂ ਆਪਣਾ ਘਰ ਦਾ ਵਲੌਗ ਘਰ ਦੇ ਵਿੱਚ ਹੀ ਮਾਹੌਲ ਵਧੀਆ ਫਿਰ ਮਾਹੌਲ ਬਣਾਤਾ ਜਾਏਗਾ ਹੋਰ ਸੁਣਾ ਕਿੱਦਾਂ ਫਿਰ ਸਹੀ ਆ ਇਹ ਸਵੇਰ ਦਾ ਇੱਦਾਂ ਹੀ ਇਹਨੂੰ ਪੁੱਛ ਲਓ ਆਹੀ ਮਾਹੌਲ ਇਹਦਾ ਆਹੀ ਸਿਸਟਮ ਇਹ ਦੋ ਵਜੇ ਜਾਕੀ ਜਾਕੀ ਮਾਹੌਲ ਸੁਣਾ ਕੀ ਆ ਗੱਲਬਾਤ ਸੁਣਾ ਦੇ ਸਾਰਿਆਂ ਨੂੰ ਜਾਕੀ ਨੇ ਰੱਖਿਆ ਰਾਜੇਸ਼ ਖੰਨੇ ਨੂੰ ਵਾਲ ਅਤੇ ਨਹਾਉਂਦਾ ਧੋਦਾ ਘੱਟ ਹੀ ਆ ਹੈ ਨਾ ਅਤੇ ਨਾ ਇਹਨੇ ਕੀਤਾ ਸੀ ਜੀ ਇਹਦੀ ਆ ਲੈਂਗੁਏਜ ਆ ਚਲੋ ਮਿੱਤਰੋ ਮਿਲਦਾ ਫਿਰ ਥੋੜ੍ਹੇ ਟਾਈਮ ਬਾਅਦ ਬਸ ਹਾਂਜੀ ਵਾਪਸ ਆ ਗਏ ਜੀ ਆਪਾਂ ਸਿੱਧਾ ਗੱਡੀ ਦੇ ਵਿੱਚ ਠੀਕ ਆ ਜਿਵੇਂ ਤੁਹਾਨੂੰ ਦੱਸਿਆ ਆਪਾਂ ਵੀ ਆਪਾਂ ਜਾਣਾ ਜੇ ਕੋਈ ਪ੍ਰੋਗਰਾਮ ਬਣਿਆ ਉਹੀ ਗੱਲ ਹੋਈ ਜਿਹੜੇ ਆਪਾਂ ਸਮਾਨ ਲੈ ਕੇ ਆਏ ਸੀ ਕੱਲ੍ਹ ਉਹਨਾਂ ਵਿੱਚੋਂ ਇੱਕ ਪੇਅਰ ਸ਼ੂਜ਼ ਜਿਹੜਾ ਹੈਗਾ ਲੇਡੀਜ਼ ਦਾ ਉਹ ਚੇਂਜ ਕਰਨਾ ਵਾ ਉਹਦਾ ਕੋਈ ਨੰਬਰ ਸਾਈਜ਼ ਵਗੈਰਾ ਇੱਧਰ ਉੱਧਰ ਹੋ ਗਿਆ ਅਤੇ ਇੱਕ ਆਹ ਪੂਰੀ ਡਰੈਸ ਲਈ ਸੀਗੀ ਉਹਨਾਂ 'ਤੇ ਉਹਨਾਂ ਨੇ ਉਹ ਇੱਕ ਮੈਗਨੈਟਿਕ ਜਿਹਾ ਲੱਗਿਆ ਹੁੰਦਾ ਵਾ ਮਤਲਬ ਉਹਨਾਂ ਦਾ ਕੋਈ ਟੈਗ ਜਿਹਾ ਅਤੇ ਉਹ ਨਹੀਂ ਲਾਇਆ ਉਹ ਭੁੱਲ ਕੇ ਲਾਉਣਾ ਤਾਂ ਇਸ ਲਈ ਆਪਾਂ ਜਾ ਰਹੇ ਹਾਂ ਉਹਨੂੰ ਚੇਂਜ ਕਰਨ ਔਰ ਉਸ ਤੋਂ ਬਾਅਦ ਫਿਰ ਆਪਾਂ ਜਾਣਾ ਵਾ ਰੱਬ ਕਰੇ ਤੁਹਾਡਾ ਭਲਾ ਥੋੜ੍ਹਾ ਜਿਹਾ ਸਮਾਨ ਆਪ ਦਾ ਸ਼ੈਂਪੂ ਔਰ ਥੋੜ੍ਹਾ ਡਰਾਈ ਫਰੂਟ ਵਗੈਰਾ ਕਿਉਂਕਿ ਇਹ ਬੰਦਾ ਕੱਲ੍ਹ ਨੂੰ ਜਾ ਰਿਹਾ ਇੰਡੀਆ ਪਰਸੋਂ ਨੂੰ ਅਤੇ ਸਾਰੀ ਪੈਕਿੰਗ ਸ਼ੈਕਿੰਗ ਕਰਨੀ ਅੱਜ ਆਪਾਂ ਡਨ ਠੀਕ ਆ ਹੁਣ ਆਪਾਂ ਮੈਂ ਤੁਹਾਨੂੰ ਰਾਤ 'ਚ ਬਾਹਰਲਾ ਮਾਹੌਲ ਦੇਖੋ ਕਿੰਨਾ ਘੈਂਟ ਹੈ ਸ਼ਾਮ ਦਾ ਟਾਈਮ ਹੈ ਸ਼ਾਮ ਦਾ ਜਦੋਂ ਟ੍ਰੈਫਿਕ ਨਾ ਮਿਲੇ ਤੁਸੀਂ ਰੋਡ ਦੇ ਰਾਜੇ ਲੱਗਦੇ ਹੋ ਰਾਜੇ ਦੁਬਈ ਦੇ ਵਿੱਚ ਕਿਉਂ ਦੇਖੋ ਦੂਰ ਤੱਕ ਕੋਈ ਗੱਡੀ ਨਹੀਂ ਆਈ ਦਿਖਾਉਣਾ ਮੈਂ ਮਿੰਨੀ ਮਿੰਨੀ ਜੀ ਸਪੀਡ ਮਸਟੈਂਗ ਦੀ ਓਏ ਹੋਏ ਰੋਡ ਤੇ ਗੱਡੀ ਟਾਮੀ ਟੱਲੀ ਆ ਆਦਾ ਹੀ ਲੱਗਦਾ ਜਿਵੇਂ ਪਿਓ ਦਾ ਹੀ ਹੁੰਦਾ ਸਾਰਾ ਕੁਝ ਮਾਹੌਲ ਬਣਿਆ ਸ਼ਾਮ ਦਾ ਹੈ ਨਾ ਰਸ਼ ਹੈ ਨੀ ਉਧਰਲੇ ਪਾਸੇ ਰਸ਼ ਬਹੁਤ ਮਿਲਣਾ ਜਦੋਂ ਅਸੀਂ ਜਾਵਾਂਗੇ ਨਾ ਉਦੋਂ ਭਰੀਆਂ ਪਈਆਂ ਸੜਕਾਂ ਲੇਕਿਨ ਹੁਣ ਅਸੀਂ ਬਾਹਰ ਨਿਕਲਣ ਲੱਗੇ ਤਾਂ ਸੜਕਾਂ 'ਤੇ ਹੁਣ ਕੋਈ ਰਸ਼ ਇੰਨਾ ਹੈ ਨਹੀਂ ਅਤੇ ਹੁਣ ਮਿਲਦੇ ਹਾਂ ਆਪਾਂ ਕੱਲ੍ਹ ਵਾਲੇ ਪਲੇਸ 'ਤੇ ਹੀ ਫੈਸਟੀਵਲ ਸਿਟੀ ਹੈ ਨਾ ਉਹ ਮੌਲ ਦੇ ਵਿੱਚ ਸਿੱਧਾ ਜਾਵਾਂਗੇ ਐਕਸਚੇਂਜ ਕਰਾਵਾਂਗੇ ਵਾਪਸ ਫਿਰ ਇੱਕ ਦੋ ਆਈਟਮਾਂ ਲੈਣੀਆਂ ਨੇ ਹੋਰ ਅਤੇ ਸ਼ੋਪਿੰਗ ਡਨ ਵੀ ਉਹ ਸੁਣਾ ਮੈਂ ਸਲੀਮ ਆ ਧਿਆਨ ਨਾਲ ਫਿਰ ਦੇਖ ਕੇ ਅਤੇ ਇਹ ਬੰਦਾ ਜਾ ਰਿਹਾ ਇੰਡੀਆ 6 ਮਹੀਨੇ ਪਹਿਲਾਂ ਆਇਆ ਸੀਗਾ ਅਤੇ ਹੁਣ ਤਾਂ ਤੰਦਰੁਸਤ ਵਧੀਆ ਫਿੱਟ ਲੇਕਿਨ ਕਹਿੰਦਾ ਚੱਲ ਬਾਈ ਦਿਲ ਕਰਦਾ ਕੱਢਿਆ ਨਾ ਕਿਹੜਾ ਮੈਂ ਕੱਢਿਆ ਫਿਰ ਇੱਦਾਂ ਕਹਾਣੀ ਉਹ ਗੱਲ ਕਰਦੇ ਕਰਦੇ ਆਪੂ ਰੈਡੀ ਹੋ ਗਿਆ ਬਿਲਕੁਲ ਚਲੋ ਜੀ ਮੈਂ ਦੋਨੇ ਹੁਣ ਜਾ ਰਹੇ ਨੇ ਵਧੀਆ ਤਰੀਕੇ ਨਾਲ ਚਲੋ ਮਿਲ ਜਾ ਫਿਰ ਪੀਸ ਆਊਟ ਹਾਂ ਕੀ ਕਹਿੰਦੇ ਸਮਾਨ ਐਕਸਚੇਂਜ ਕਰ ਲਿਆ ਆਪਾਂ ਸ਼ੋਪਿੰਗ ਇੰਨੀ ਕੁ ਹੋਣੀ ਹੈ ਅਤੇ ਹੁਣ ਆਪਾਂ ਵਾਪਸ ਚੱਲੇ ਹਾਂ ਪਾਰਕਿੰਗ ਦੇ ਵਿੱਚ ਮਾਹੌਲ ਬਹੁਤ ਘੈਂਟ ਬਣਿਆ ਹੋਇਆ ਦਿਲ ਬਹੁਤ ਲੱਗਿਆ ਰੌਣਕ ਮੇਲਾ ਹੀ ਬਹੁਤ ਰੌਣਕ ਮੇਲਾ ਬਹੁਤ ਆ ਚਲੋ ਮਿਲਦੇ ਹਾਂ ਫਿਰ ਹੁਣ ਦਿਖਾਉਣਾ ਤੈਨੂੰ ਫਰੰਟ ਪਾਇਆ ਠੀਕ ਆ ਕਿ
ਕੀ ਖਵਾ ਰਿਹਾ ਮੈਨੂੰ ਸਰ ਆਈਸ ਕ੍ਰੀਮ ਖਵਾ ਰਿਹਾ ਚੌਰਮਾ ਚੌਰਮਾ ਹਾਂ ਚੌਰਮਾ ਹੁਣ ਆਪਾਂ ਕਰ ਲਈਏ ਲੰਚ 15 ਮਿੰਟ ਹੋ ਰਿਹਾ ਤੇ ਭੁੱਖ ਲੱਗੀ ਜ਼ਲਮੇ ਸ਼ਵਰਮਾ ਸੌਸ ਤੇ ਪੈਪਸੀ ਇਹ ਤਾਂ ਗੱਲਬਾਤ ਹੀ ਕੁਛ ਅਲੱਗ ਆ ਯਾਰ ਹੱਥ ਹੈ ਨਾ ਜ਼ਬਰਦਸਤ ਇਹ ਦੋਈ ਫੈਸਟੀਵਲ ਸਿਟੀ ਆਈਕੀਆ ਉਹਦੇ ਬਾਹਰ ਆਈਕੀਆ ਦੇ ਜਮਾਂ ਬਾਹਰ ਤੁਸੀਂ ਬਿਲਿੰਗ ਕਰੋਗੇ ਬਿਲਿੰਗ ਕਾਊਂਟਰ ਤੋਂ ਸਾਹਮਣੇ ਹੀ ਗੱਲਬਾਤ ਘੈਂਟ ਲਾਈ ਕਰਦੇ ਪੂਰਾ ਵਧੀਆ ਸ਼ਾਪਿੰਗ ਵੀ ਹੋ ਗਈ ਰਿਟਰਨ ਖਾਣ ਪੀਣ ਵੀ ਹੋ ਗਿਆ ਹੋ ਗਿਆ ਹੈ ਨਾ ਜਵਾਕਾਂ ਨੂੰ ਬਿਨਾਂ ਦੱਸੇ ਅੱਜ ਉਹਨਾਂ ਨੇ ਸ਼ਾਮ ਨੂੰ ਪਾਰਟੀ ਕਰਨੀ ਹੈ ਕਾਹਦੀ ਕਾਹਦੀ ਹੈਗੀ ਆ ਇੱਕ ਘੈਂਟ ਤਰੀਕੇ ਦੀ ਪਾਰਟੀ ਲੇਟ ਕਰੀ ਮੈਂ ਤਾਂ ਹੁਣ ਖਾ ਲਿਆ ਆਪਾਂ ਉਹਨਾਂ ਨੂੰ ਪਾਰਟੀ ਕਰਾਂਗੇ 11-12 ਵਜੇ ਰਾਤ ਨੂੰ ਠੀਕ ਆ ਮਾਹੌਲ ਬਣ ਗਿਆ ਜੀ ਅਤੇ ਹੁਣ ਆਪਾਂ ਚੱਲਦਾ ਦੀ ਗੱਡੀ ਪਾਰਕਿੰਗ 'ਚ ਬਹਿੰਦੇ ਹਾਂ ਹੁਣ ਅਸੀਂ ਜਾਣੀ ਥੋੜ੍ਹੀਆਂ ਗਰੋਸਰੀ ਤੋਂ ਮਤਲਬ 2-4 ਆਈਟਮਾਂ ਜੀ ਠੀਕ ਹੈ ਉੱਥੇ ਮਿਲ ਜਾਂਦਾ ਫੁਟੇਜ ਥੋੜ੍ਹੀ ਜਿਹੀ ਡਾਰਕ ਦੇ ਵਿੱਚ ਆਊਗੀ ਕਿਉਂ ਗੱਡੀ ਵਿੱਚ ਬੈਠੇ ਆ ਇਹਦੇ ਵਿੱਚ ਲਾਈਟ ਇੰਨੀ ਕੀ ਆ ਟਰਨ ਲੈਫਟ ਆਨ ਟੂ ਦ ਡੀ83 ਰੈਂਪ ਦੈਨ ਕੀਪ ਲੈਫਟ ਐਟ ਦ ਫੋਰਕ ਗੂਗਲ ਵਾਲੀ ਭੈਣ ਬੋਲਦੀ ਆ ਮੈਪ ਵਾਲੀ ਤੁਹਾਨੂੰ ਰਾਹ ਦੱਸ ਰਹੀ ਆ ਪ੍ਰੋਗਰਾਮ ਸਾਡਾ ਥੋੜ੍ਹਾ ਚੇਂਜ ਹੋ ਗਿਆ ਹੁਣ ਲੱਗਿਆ ਕਿ ਇਹਦੇ ਇੱਕ ਏਅਰਪੋਰਟ ਪਏ ਸੀਗੇ ਆਪਣੇ ਕੋਲ ਆ ਸਲੀਮੇ ਕੋਲ ਪੁਰਾਣੇ ਅਤੇ ਕਹਿੰਦਾ ਮੈਂ ਕਿਉਂ ਨਾ ਰਿਪੇਅਰ ਕਰਾ ਲਾਂ ਅਤੇ ਇੱਕ ਟਿਕਟੋਕ 'ਤੇ ਵੀਡੀਓ ਦੇਖੀ ਸੀਗੀ ਉਹ ਕਹਿੰਦੇ ਵੀ ਅਸੀਂ ਕੀਪ ਲੈਫਟ ਐਟ ਦ ਫੋਰਕ ਮਿੰਟ ਅੱਧੇ ਘੰਟੇ 'ਚ ਕਰ ਦਿੰਦੇ ਹਾਂ ਉਹਨਾਂ ਨੂੰ ਕੰਟੈਕਟ ਕੀਤਾ ਉਹ ਕਹਿੰਦੇ ਨੇ ਉਸੇ ਵੀ ਅਸੀਂ ਅਵੇਲੇਬਲ ਹੈਗੇ ਹਾਂ ਆ ਜਾਓ ਲੋਕੇਸ਼ਨ ਉਹਨਾਂ ਨੂੰ ਮੰਗਾ ਲਈ ਆ ਲੋਕੇਸ਼ਨ ਕੀਪ ਰਾਈਟ ਐਟ ਦ ਫੋਰਕ ਮੋਬਾਈਲ ਨੂੰ ਇਹਨੇ ਆ ਦੇ ਰਿਪੇਅਰ ਕਰਾਉਣੇ ਆ ਮੈਂ ਥੋੜੀ ਕੰਟੀਨਿਊ ਔਨ ਡੀ83 ਫॉर 800 ਮੀਟਰਸ ਦੋਨਾਂ ਦੇ ਬਰੋਸ ਕੰਮ ਹੋ ਜਾਊਗਾ ਫਿਰ ਹਨਾ ਚਲੋ ਮਿਲਦੇ ਹਾਂ ਡਾਇਰੈਕਟ ਉੱਥੇ ਤੁਸੀਂ ਵਰਤ ਵੀ ਦੇ ਰਹਾ ਹੋ ਵਰਤ ਬਈ ਹੈਡ ਨਾਰਥ ਓਕੇ ਬਾਬਾ ਸਪਰ ਬਈ ਕੰਟੀਨਿਊ ਫॉर 4 ਕਿਲੋਮੀਟਰਸ ਨਾਈਟ ਆ ਦੁਬਈ ਤਾਂ ਸੋਹਣੀ ਬੋਲ ਆਦੀ ਨਾਈਟ ਨੂੰ ਦੋਸਤੋ ਆਪਾਂ ਆ ਗਏ ਬਰਦਬਈ ਇਹ ਸਾਡਾ ਹੈਗਾ ਮਤਲਬ ਪੁਰਾਣਾ ਏਰੀਆ ਇਹ ਜੱਦੀ ਪਿੰਡ ਹੈ ਇਹਦਾ ਇੱਥੇ ਰਹਿੰਦਾ ਰਿਹਾ ਅਸੀਂ ਇਹ ਕਿੰਨੇ ਸਾਲ ਰਿਹਾ ਅਸਲੀ ਮੇਰੇ ਤੋਂ ਤੂੰ 2-2.5 ਸਾਲ ਰਿਹਾ ਅਜੇ ਤੇ ਅਤੇ ਮੈਂ ਐਵਰੀ ਹਫ਼ਤੇ ਇਹਨੂੰ ਮਿਲਣ ਆਉਂਦਾ ਰਿਹਾ ਅਲੈਨ ਤੋਂ ਅਤੇ ਇਹ ਉਹ ਵਾਲਾ ਏਰੀਆ ਬੜਾ ਘੈਂਟ ਆ ਇੱਥੇ ਐਪ ਦੁਕਾਨ ਅੱਗੇ ਥੋੜ੍ਹੀ ਸ਼ੋਅ ਕਰ ਰਿਹਾ ਪਾਰਕਿੰਗ ਜਿੱਥੇ ਮਿਲੀ ਆਪਾਂ ਉੱਥੇ ਨੱਪ ਲਈ ਹੁਣ ਗੱਡੀ ਪਾਰਕਿੰਗ ਲਾਤੀ ਆ ਹੁਣ ਗੱਡੀ 'ਚੋਂ ਆਪਾਂ ਨਿਕਲਾਂਗੇ ਬਾਹਰ ਅਤੇ ਉਹ ਦੁਕਾਨ 'ਤੇ ਸ਼ੋਪ 'ਤੇ ਜਾਂਦੇ ਹਾਂ ਏਅਰਪੋਰਟ ਦੀ ਆਪਾਂ ਡਾਕਟਰੀ ਕਰਾਉਂਦੇ ਹਾਂ ਜਾ ਕੇ ਠੀਕ ਆ ਚਲੋ ਮਿਲ ਜਾਂਗੇ ਗੁੱਡ ਹੋ ਗਏ ਉੱਥੇ 5 ਸਾਲ ਦੇ 2 ਜਵਾਕ ਬਹਿ ਸਕਦੇ ਹਾਂ ਅਸੀਂ ਉੱਥੇ ਬੈਠੇ ਅਤੇ ਏਅਰਪੋਰਟ ਦਾ ਪ੍ਰੈਸ਼ਰ ਕਰਾਉਣ ਲੱਗੇ ਹੋਏ ਦੇਖਦੇ ਕੀ ਕਹਾਣੀ ਬਣਦੀ ਆ ਪੈਸਾ ਠੋਕਣ ਲੱਗੇ ਹੋਏ ਮੇਰੇ ਵਰਗੇ ਸ਼ਾਇਦ ਕਲੀਅਰ ਨਹੀਂ ਹੋਏ ਭਰਾ ਹੁਣ ਇਹ 150 ਦਿਨਾਂ ਦੇ ਵਿੱਚ ਮੰਨਿਆ ਇਹਦਾ ਸਾਰਾ ਮੈਂਟੇਨੈਂਸ ਕਰਨ ਦਾ ਇਹਦੇ ਏਅਰਪੋਰਟ ਦਾ ਰਿਜ਼ਲਟ ਆਊਗਾ ਫਿਰ ਤੁਹਾਨੂੰ ਦੱਸਦੇ ਕੀ ਹਿਸਾਬ ਦੁਕਾਨ ਦੇਖ ਲਓ ਆ ਪਿਆ ਹੈ ਨਾ ਆ ਕਰਾਇਆ ਰਿਪੇਅਰ ਅਤੇ ਬਹੁਤ ਟਾਈਮ ਤੋਂ ਪਿਆ ਸੀ ਇਹਦੇ ਕੋਲ ਸੁੱਟੇ ਹੋਏ ਕਚਰੇ 'ਚ ਚੱਲਦੇ ਚੁੱਲਦੇ ਨਹੀਂ ਅਤੇ ਹੁਣ ਲੱਗ ਗਏ ਚੱਲਣੇ ਇਹ ਰੁਪਈਏ ਲਾਤੇ ਤਾਂ ਸਲੀਮ ਕਿੰਨੇ 90 ਰੁਪਏ ਲਾਤੇ ਦਰਾਮ ਲਾਤੇ 80 ਅਤੇ ਉਹਦੇ ਵਿੱਚੋਂ ਵੀ ਇੱਕ ਚੱਲਿਆ ਇੱਕ ਨਹੀਂ ਚੱਲਿਆ ਅਤੇ 80 ਦਰਾਮ ਲੱਗ ਗਏ ਮਾਹੌਲ ਬਰਦਬਈ ਦਾ ਮਤਲਬ 10 ਵੱਜਦੇ ਆ ਐਨ ਪੂਰੀਆਂ ਚਹਿਲਾਂ ਪਹਿਲਾਂ ਨੇ ਕਿਉਂ ਮੈਨੂੰ ਉਹੀ ਸਲੀਮ ਯਾਦ ਆ ਗਿਆ ਤਾਂ ਮੈਂ ਤੈਨੂੰ ਮਿਲਣ ਆਉਂਦਾ ਹੁੰਦਾ ਸੀਗਾ 3-4 ਸਾਲ ਪਹਿਲਾਂ 5 ਸਾਲ ਪਹਿਲਾਂ ਦੀ ਗੱਲ ਰੌਣਕ ਮੇਲਾ ਸੇਮ ਉਹੀ ਰੌਣਕ ਮੇਲਾ ਇੱਥੇ ਆਉਂਦੇ ਹੁੰਦੇ ਸੀਗੇ ਅਸੀਂ ਅਤੇ ਇਹਨੂੰ ਮਿਲਣਾ ਜੁੰਮੇ ਰਾਤ ਨੂੰ ਆਉਣਾ ਐਨ ਪਾਰਟੀ ਸ਼ਾਰਟੀ ਜੁੰਮਾ ਜੁੰਮੇ ਮਤਲਬ ਸ਼ੁੱਕਰਵਾਰ ਸ਼ਾਮ ਨੂੰ ਫਿਰ ਲੈਣ ਨੂੰ ਵਾਪਸ ਨਿਕਲ ਜਾਣਾ ਮੈਂ ਐਂ ਘੈਂਟ ਗੱਲਬਾਤ ਬਣਦੀ ਸੀਗੀ ਚਲੋ ਮਿੱਤਰੋ 10 ਵੱਜਦੇ ਆ ਅਤੇ ਹੁਣ ਘਰ ਪਹੁੰਚਦੇ ਪਹੁੰਚਦੇ ਸਾਨੂੰ 11 ਤਾਂ ਵੱਜ ਹੀ ਜਾਣੇ ਆ ਟ੍ਰੈਫਿਕ ਟਰੂਫਿਕ ਮਿਲੂਗਾ ਲੱਟਰਮ ਪਟਰਮ ਸ਼ਟਰਮ ਸਾਰਾ ਕੁਛ ਹੈ ਨਾ ਪਾ ਪੂ ਕੇ
ਸਾਢੇ ਦਸ ਗਿਆਰਾਂ ਵਜੇ ਅਸੀਂ ਘਰੇ ਪਹੁੰਚਾਂਗੇ ਜਦੋਂ ਘਰੇ ਪਹੁੰਚਾਂਗੇ ਤੁਹਾਨੂੰ ਦੱਸਦਾ ਗੱਲਬਾਤ ਹੈ ਨਾ ਅਤੇ ਹੋਪਸ ਤੁਹਾਨੂੰ ਇਹ ਵਧੀਆ ਲੱਗਿਆ ਹੋਊਗਾ ਕਿਉਂਕਿ ਸਵੇਰ ਅੱਜ ਦਾ ਵਲੋਗ ਇਹ ਕਰਾਂਗੇ ਹੁਣ ਅਪਲੋਡ ਤਾਂ ਦੇਖ ਲਿਓ ਜਦੋਂ ਦੇਖੋਗੇ ਪਲੀਜ਼ ਪਿਆਰ ਮੁਹੱਬਤ ਦੇ ਦਿਓ ਇਹਨੂੰ ਠੀਕ ਹੈ ਜੀ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਹੋਰ ਕੁਛ ਨਹੀਂ ਆਪਾਂ ਤੁਹਾਨੂੰ ਮੰਗਦੇ ਅਤੇ ਥੋੜ੍ਹਾ ਜਿਹਾ ਐਫਰਟ ਜੋ ਅਸੀਂ ਪਾਉਂਦੇ ਹਾਂ ਅਤੇ ਥੋੜ੍ਹਾ ਜਿਹਾ ਤੁਸੀਂ ਸਿਰਫ ਕਲਿੱਕ ਕਰਨਾ ਖਤਮ ਕਰਨੀ ਕਿਉਂ ਐਪਰੀਸ਼ੀਏਟ ਮੈਨ ਚਲੋ ਜੀ ਤੁਹਾਨੂੰ ਬਾਹਰਲਾ ਮਾਲ ਦਿਖਾਉਂਦੇ ਹਾਂ ਘਰੇ ਪਹੁੰਚ ਕੇ ਵੀ ਇੱਕ ਵਾਰੀ ਆਪਾਂ ਗੱਲ ਜ਼ਰੂਰ ਕਰਾਂਗੇ ਕਿੰਨਾ ਘੈਂਟ ਆ ਚਹਿਲ ਪਹਿਲਾਂ ਦੁਨੀਆਂ ਦੇ ਲੋਕ ਹੁਣ ਘੁੰਮਣ ਨੂੰ ਨਿਕਲੇ ਨੇ ਐਨ ਦੇਖੋ ਦੁਕਾਨਾਂ 'ਤੇ ਲਾਈਟਾਂ ਸ਼ੈਟਾਂ ਐਨ ਪੂਰਾ ਇੰਡੀਆ 'ਤੇ ਯਾਦ ਆ ਜਾਣੀ ਤੁਹਾਨੂੰ ਜਿਵੇਂ ਮੀਨਾ ਬਾਜ਼ਾਰ ਹੁੰਦਾ ਹੈ ਇਹ ਵੀ ਮੀਨਾ ਬਾਜ਼ਾਰ ਹੀ ਆ ਰੀਅਲ 'ਚ ਨੇਮ ਇਹਦਾ ਵੀ ਮੀਨਾ ਬਾਜ਼ਾਰ ਹੀ ਆ ਅਤੇ ਇੱਥੇ ਦੁਬਈ ਦੇ ਮਤਲਬ ਲੇਬਰ ਕਲਾਸ ਤੋਂ ਲੈ ਕੇ ਮਿਲੀਨੀਅਰ ਬਿਲੀਨੀਅਰ ਲੋਕ ਵੀ ਇੱਥੇ ਰਹਿੰਦੇ ਤੁਹਾਨੂੰ ਮਿਲ ਜਾਣਗੇ ਹੈ ਨਾ ਅਤੇ ਕੈਂਪ ਵਾਲਿਆਂ ਦੀ ਮਤਲਬ ਜਾਂ ਕੈਂਪ ਏਰੀਆ ਲਾ ਲਓ ਜਾਂ ਲੇਬਰ ਪੀਪਲ ਜਿਹੜੇ ਆਪਣੇ ਯਾਰ ਮਿੱਤਰ ਹੁੰਦੇ ਨੇ ਅਤੇ ਜਾਂ ਕੋਈ ਵੀ ਸਾਰੇ ਸ਼ੋਪਿੰਗ ਇੱਥੋਂ ਕਰਦੇ ਆ ਮੇਨ ਹੱਬ ਆ ਇਹ ਸ਼ੋਪਿੰਗ ਦਾ ਇੱਥੋਂ ਤੁਹਾਨੂੰ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਮਿਲ ਜੂਗੀ ਸਸਤੀ ਤੋਂ ਸਸਤੀ ਚੀਜ਼ ਵੀ ਮਿਲ ਜੂ ਮਤਲਬ ਐਜ਼ ਪਰ ਯੋਰ ਪੋਕਟ ਉਸ ਹਿਸਾਬ ਨਾਲ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਔਰ ਇਹੋ ਜਿਹੀ ਕੋਈ ਚੀਜ਼ ਨਹੀਂ ਵੀ ਇੱਥੋਂ ਨਾ ਮਿਲੇ ਡਰਾਈ ਫਰੂਟ ਕੇ ਇਲੈਕਟ੍ਰੋਨਿਕ ਬੋਰਡ ਸ਼ੋਰਡ ਹੀਰੇ ਕੱਪੜੇ ਲੀੜੇ ਲੱਤੇ ਬੂਟ ਸ਼ੂਟ ਸਾਰਾ ਕੁਛ ਮਿਲ ਜਾਣਾ ਵੀਰੋ ਅਤੇ ਆਹ ਤੁਹਾਨੂੰ ਦਿਖਾਤਾ ਮੀਨਾ ਬਾਜ਼ਾਰ ਹੈ ਹੁਣ ਘੈਂਟ ਗੱਲਬਾਤ ਆ ਉਹ ਲੱਗੀ ਕਰੀਨਾ ਕਪੂਰ ਇਹ ਮਾਲਾਬਾਰ ਵਾਲਿਆਂ ਦੀ ਅੰਬੈਸਡਰ ਆ ਚਲੋ ਜੀ ਮਿਲਦੇ ਹਾਂ ਕਰੀਨਾ ਦੇ ਕਿਵੇਂ ਚਮਕਦੀਆਂ ਹੈ ਧੁੱਪ ਦਾ ਲੱਗਦਾ ਕੰਮ ਚੱਲਦਾ ਚੱਕ ਕਿੰਨੇ ਦਰਾਮ ਗਏ ਚਾਰ ਦਰਾਮ ਦੋ ਦਰਾਮ ਚਾਰ ਸਾਲਿਕ ਬਾਬਾ ਚਾਰ ਉਧਰੋਂ ਆਉਂਦੇ ਗਏ ਚਾਰ ਹੁਣ ਜਾਂਦੇ ਗਏ ਹਾਂ ਅੱਠ ਦਰਾਮ ਇਹ ਜਿਹੜਾ ਲੰਘਿਆ ਸੀ ਨਾ ਟੋਲ ਪਲਾਜ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੁਕਣ ਦੀ ਲੋੜ ਨਹੀਂ ਹੈਗੀ ਆਹ ਥੱਲੇ ਦੀ ਜਾਓ ਟਰੈਕ ਟਰੈਪ ਟਰੈਪ ਕਰਕੇ ਮਾਰ ਹੁਣ ਤਾਂ ਆਪਣੇ ਇੰਡੀਆ 'ਚ ਵੀ ਬਹੁਤ ਆ ਗਏ ਅਤੇ ਲੇਕਿਨ ਇਹ ਵਧੀਆ ਸਿਸਟਮ ਆ ਇਸ ਵਿੱਚ ਬਲੈਕ ਐਂਡ ਵਾਈਟ ਜ਼ਮਾਨੇ ਦਾ ਇਹ ਸਿਸਟਮ ਆ ਅਤੇ ਅੱਜ ਸਟਿਲ 10:30 ਹੋਏ ਨੇ ਆਨ ਦਾ ਵੇ ਆ ਟ੍ਰੈਫਿਕ ਮਤਲਬ ਕਿਤੇ ਮਿਲ ਜਾਂਦਾ ਕਿਤੇ ਰੁਕ ਜਾਂਦਾ ਕਿਤੇ ਆਪਾਂ ਫਸ ਜਾਂਦੇ ਹਾਂ ਫਿਰ ਨਿਕਲ ਜਾਂਦੇ ਹਾਂ ਆਹ ਫਿਰ ਮਿਲ ਗਿਆ ਹੁਣ ਠੀਕ ਆ ਆਹ ਲੰਬਾ ਹੀ ਮਿਲਿਆ ਟ੍ਰੈਫਿਕ ਆਂਟੀ ਟਿਕ ਟਿਕ ਕਰਦੇ ਅਸੀਂ ਘਰੇ ਪਹੁੰਚਾਂਗੇ 11:30 ਮੈਨੂੰ ਲੱਗਦਾ 11:30 ਹੋ ਜਾਣੇ ਆ ਗਿਆਰਾਂ ਵਜੇ ਤੱਕ ਪਹੁੰਚ ਜਾਣਗੇ ਮੈਂ ਲੈ ਕੇ ਕੀ
ਇੱਕੀ ਫੜ ਹੋਣਾ ਵਾ। ਲੋ ਵੀ ਮਿੱਤਰੋ ਆਪਾਂ ਪਹੁੰਚ ਗਏ ਘਰੇ, ਸਹੀ ਸਲਾਮ ਹੈ ਤਾਂ ਸਹੀ ਹੈ, ਇੰਨਾ ਟ੍ਰੈਫਿਕ ਨੂੰ ਕ੍ਰੋਸ ਕਰਦੇ ਕਰਦੇ। ਚੱਲ ਵੀ ਆਇਆ ਮੱਖਣਾ, ਕੰਮ ਤਾਂ ਅਸੀਂ ਜਿਹੜੇ ਕਰਨ ਗਏ ਸੀ ਉਹਨਾਂ 'ਚ ਹਲੇ ਇੱਕ ਕੰਮ ਗਰੋਸਰੀ ਵਾਲਾ ਪੈਂਡਿੰਗ ਹੀ ਆ, ਉਹ ਅਸੀਂ ਕਰਾਂਗੇ ਸਵੇਰੇ ਕਿਉਂਕਿ ਰਾਤ ਹੋ ਗਈ ਜ਼ਿਆਦਾ, ਟਾਈਮ ਹੋ ਗਿਆ 11 ਦਾ। ਚੱਲ ਫਿਰ ਹੈਂ ਆਹ ਖਤਮ ਹੋ ਗਿਆ, ਚਲੋ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ, ਕੱਲ੍ਹ ਦੀ ਸਵੇਰ ਨਵੀਂ ਸਵੇਰ ਦੇ ਹਿਸਾਬ ਨਾਲ, ਹੈ ਨਾ। ਸਾਨੂੰ ਦਵੋ ਇਜਾਜ਼ਤ, ਅੱਜ ਦਾ ਦਿਨ ਦੱਸਿਓ ਕਿੱਦਾਂ ਦਾ ਲੱਗਿਆ। ਓਕੇ ਬਾਏ ਬਾਏ, ਗੁੱਡ ਨਾਈਟ, ਸ਼ਬਾਖ ਬਾਬਾ।